ਸਵਾਲ ਹੈ ਉਹਨਾਂ ਵਿੱਚ ਪਹਿਲਾ ਸਵਾਲ ਹੈ ਕਿ
ਬਸ ਤੇਰਾ ਰੱਬ ਕੌਣ ਹੈ, ਦੂਜਾ ਸਵਾਲ ਇਹ ਨਹੀਂ ਕਿ ਦੱਸ ਤੇਰਾ ਬਾਪ ਕੌਣ ਹੈ, ਦੱਸ ਤੇਰਾ ਖਾਨਦਾਨ ਕਿਹੜਾ ਹੈ, ਦੱਸ ਤੇਰਾ ਕਬੀਲਾ ਕਿਹੜਾ ਹੈ। ਨਹੀਂ ਨਹੀਂ, ਦੂਸਰਾ ਸਵਾਲ ਇਹ ਵੇ ਕੇ ਬੰਦੇ ਆ ਉੱਠ ਕੇ ਦੱਸਦਾ ਤੇਰਾ ਨਬੀ ਕੌਣ ਹੈ, ਹਾਂ ਤੇਰਾ ਰਸੂਲ ਕੌਣ ਹੈ। ਅਗਰ ਬੰਦੇ ਨੂੰ ਇਹਦਾ ਜਵਾਬ ਨਾ ਆਵੇ ਤੇ ਫਸ ਜਾਂਦਾ ਹੈ। ਅਗਰ ਉਹ ਇਹ ਕਹਿ ਦੇਵੇ ਮੇਰਾ ਨਬੀ ਉਹੀ ਹੈ ਜਿਹਨੂੰ ਬਿਨ ਵੇਖੇ ਆਵੇ ਜਿਹਦਾ ਕਲਮਾ ਪੜਿਆ ਸੀ, ਮੇਰਾ ਨਬੀ ਉਹੀ ਹੈ ਜਿਹਨੂੰ ਤੱਕਿਆ ਬਗੈਰ ਮੈਂ ਉਹਦੇ ਨਾਮ ਦੀਆਂ ਮਹਿਫਲਾਂ ਸਜਾ ਕੇ ਬੈਠ ਜਾਂਦਾ ਸਾਂ। ਮੇਰਾ ਨਬੀ ਉਹੀ ਕਮਲੀ ਵਾਲਾ ਹੈ ਕਿ ਜਿਹਨੂੰ ਤੱਕਿਆ ਬਗੈਰ ਮੈਂ ਉਹਦੀ ਸੁੰਨਤ ਸਮਝ ਕੇ ਧਾਰੀ ਰੱਖੀ ਸੀ। ਮੇਰਾ ਉਹੀ ਨਬੀ ਹੈ ਜਿਹਨੂੰ ਵੇਖਿਆ ਬਗੈਰ ਮੈਂ ਆਪਣੇ ਸਿਰ ਤੇ ਅਮਾਮਾਂ ਤੇ ਟੋਪੀ ਉਹਦੀ ਸੁੰਨਤ ਸਮਝ ਕੇ ਰੱਖਦਾ ਸਾਂ। ਜੇ ਸਾਰਾ ਬਜਪਾ ਜਾ ਕੇ ਸੁਭਾਣ ਦਾ ਕਵੇ ਦੇਖੀ ਗੱਲ ਮੇਰਾ ਨਬੀ ਉਹ ਹੋਈ ਹੈ ਕਿ ਜਿਹਨੂੰ ਵੇਖਿਆ ਬਗੈਰ ਮੈਂ ਉਹਦੀ ਖਤਮੇ ਨਬੂਵਤ ਦਾ ਨਾਰਾ ਲਾਉਂਦਾ ਸਾਂ। ਮੈਂ ਕਲੀਆ ਕਲੀਆ ਗਲੀ ਗਲੀ ਸ਼ਹਿਰ ਸ਼ਹਿਰ ਬਸਤੀ ਬਸਤੀ ਫਰਿਸ਼ਤੇ ਮੈਂ ਕਹਿੰਦਾ ਸਾਂ ਕਿ ਤਾਜਦਾਰੇ ਖਤਮੇ ਨਬੂਵਤ ਦਾ ਮੈਂ ਨਾਰਾ ਲਾਉਂਦਾ ਸਾਂ। ਮੇਰਾ ਨਬੀ ਉਹ ਹੋਈ ਹੈ ਜਿਹਦੀ ਸੁੰਜੀ ਸੁੰਨਤ ਵਿਸ਼ਵਾਸ ਅਸੀਂ ਉਹਦੀ ਸੁੰਨਤ ਸਮਝ ਕੇ ਕਰਦੇ ਸਾਂ। ਮੇਰਾ ਨਬੀ ਉਹੀ ਕਮਲੀ ਵਾਲਾ ਹੈ ਜਿਹੜਾ ਕਿਆਮਤ ਦੇ ਦਿਨ ਮੇਰੇ ਕੰਮ ਆਏਗਾ। ਇਸ ਲਈ ਸਾਡਾ ਇਮਾਨ ਔਰ ਦੀਦਾ ਹੈ। ਅੱਲਾ ਦੀ ਕਸਮ ਹੈ ਕਿਆਮਤ ਦਾ ਜਿਹੜਾ ਦਿਨ ਹੋਏਗਾ ਉਸ ਦਿਨ ਨਾ ਮਾਂ ਕੰਮ ਆਏਗੀ, ਨਾ ਬਾਪ ਕੰਮ ਆਏਗਾ, ਨਾ ਮੌਲਵੀ ਕੰਮ ਆਏਗਾ, ਨਾ ਪੀਰ ਕੰਮ ਆਏਗਾ, ਨਾ ਸਿੱਧੇ ਜ਼ਰੂਰੀ ਫਰਿਸ਼ਤਾ ਉਸ ਬੰਦੇ ਨੂੰ ਕਹਿੰਦਾ ਹੈ ਨਮ ਕਰਾਉਂਗਾ ਦਿਲ ਉਲੂ
ਮੂਸਾ ਹੁਣ ਇੰਜੀ ਸੌ ਜਾ ਜਿਵੇਂ ਪਹਿਲੀ ਰਾਤ ਦੀ ਦੁਲਹਨ ਸੌਂਦੀ ਹੈ, ਜਿਵੇਂ ਪਹਿਲੀ ਰਾਤ ਦੀ ਗੋਟੀ ਸੌਂਦੀ ਹੈ। ਕੀ ਮਤਲਬ ਇਸ ਹਦੀਸ ਦਾ? ਫਰਮਾਇਆ ਕਿ ਜਿਵੇਂ ਪਹਿਲੀ ਰਾਤ ਦੀ ਦੁਲਹਨ ਦੇ ਮੋਟੀ ਨੂੰ ਉਸ ਰਾਤੀ ਸੱਸ ਵੀ ਆਵਾਜ਼ ਨਹੀਂ ਦੇ ਸਕਦੀ, ਉਸ ਰਾਤੀ ਉਹਦਾ ਸੁਸਰ ਵੀ ਨਹੀਂ ਆਵਾਜ਼ ਦੇ ਸਕਦਾ, ਉਸ ਰਾਤੀ ਉਹਦਾ ਬਾਪ ਵੀ ਉਹਨੂੰ ਆਵਾਜ਼ ਨਹੀਂ ਦੇ ਸਕਦਾ। ਉਸ ਰਾਤ ਉਹਦੇ ਸ਼ੋਹਰ ਤੋਂ ਇਲਾਵਾ ਉਹਨੂੰ ਕੋਈ ਬੁਲਾ ਨਹੀਂ ਸਕਦਾ। ਇਸੇ ਤਰ੍ਹਾਂ ਫਰਿਸ਼ਤਾ ਕਹਿੰਦਾ ਸੌ ਜਾ, ਹੁਣ ਕਿਆਮਤ ਨੂੰ ਅੱਲਾਹ ਤੋਂ ਸਿਵਾ ਤੈਨੂੰ ਵੀ ਕੋਈ ਜਗ੍ਹਾ ਨਹੀਂ ਸਕੇਗਾ। ਇੱਥੇ ਬੈਠਾ ਤੇ ਨਿਦਰਾਂ ਨਹੀਂ ਆਉਂਦੀਆਂ, ਬੇਸ਼ਕ ਦੇ ਬਿਸਤਰਿਆਂ ਤੇ ਨਿਦਰਾਂ ਨਹੀਂ ਆਉਂਦੀਆਂ, ਤੇ ਬੰਦਾ ਉਸ ਕਬਰ ਵਿੱਚ ਹੀ ਸੌ ਜਾਏਗਾ ਕਿ ਹਜ਼ਾਰਾਂ ਸਾਲ ਕਬਰ ਵਿੱਚ ਰਹੇਗਾ। ਅੱਜ ਦੁਨੀਆਂ ਵਿੱਚ 50-60 ਸਾਲ ਦੁਨੀਆਂ ਚ ਰਹਿਣਾ ਹੋਵੇ ਤੇ ਇੰਨੀ ਕੁ ਜ਼ਿੰਦਗੀ ਹੋਵੇ, ਕਦੀ ਬਿਮਾਰੀਆਂ ਕਦੀ ਪਰੇਸ਼ਾਨੀਆਂ। ਉਹ ਗਾੜੇ ਵਾਲੇ ਫਰਿਸ਼ਤਾ ਕਹਿੰਦਾ ਸੌ ਜਾ, ਜਿਵੇਂ ਪਹਿਲੀ ਰਾਤ ਦੀ ਦੁਲਹਨ
सरकार पुकारेंगे के गुनाहगार
ਇਹ ਮੁੱਲ ਵੀ ਸਾਡਾ ਹੈ, ਸਾਡਾ ਹੀ ਹੈ। ਅੱਲਾ ਪਾਕ ਸਾਡੇ ਮੁਲਕ ਦੀ ਹਿਫਾਜ਼ਤ ਫਰਮਾਵੇ, ਆਮੀਨ ਕਹੋ। ਅੱਲਾ ਸਾਡੀ ਪਾਕਿਸਤਾਨੀ ਫੌਜ ਦੀ ਹਿਫਾਜ਼ਤ ਫਰਮਾਵੇ, ਬੁਲੰਦ ਆਵਾਜ਼ ਨਾਲ ਪਾਕਿਸਤਾਨੀ ਫੌਜ ਜਾਂ ਪਾਕਿਸਤਾਨ ਦੇ ਜਿਹਨਾਂ ਇਦਾਰਿਆਂ ਦੇ ਲੋਕਾਂ ਨੇ ਇਸ ਮੁਲਕ ਲਈ ਅਸੀਂ ਜਾਨਾਂ ਕੁਰਬਾਨ ਕੀਤੀਆਂ ਨੇ, ਅੱਲਾ ਉਹਨਾਂ ਦੀਆਂ ਕੁਰਬਾਨੀਆਂ ਕਬੂਲ ਫਰਮਾਵੇ। ਅੱਲਾ ਉਹਨਾਂ ਦੇ ਇਲਾਵਾ ਯਕੀਨ ਨੂੰ ਸਬਰੇ ਜਲੀਲ ਅਤਾ ਫਰਮਾਏ। ਖਤਮੇ ਨਬੂਵਤ ਤੇ ਸਭ ਕੁਝ ਕੁਰਬਾਨ, ਲੇਕਿਨ ਖਤਮੇ ਨਬੂਵਤ ਦੇ ਨਾਮ ਤੇ ਸਿਆਸਤ ਕਰਨਾ, ਖਤਮੇ ਨਬੂਵਤ ਦੇ ਨਾਮ ਤੇ ਜਲਾਓ ਗਰਾਓ ਕਰਨਾ, ਖਤਮੇ ਨਬੂਵਤ ਦੇ ਨਾਮ ਤੇ ਮੁਲਕੀ ਔਲਾਦ ਨੂੰ ਨੁਕਸਾਨ ਪਹੁੰਚਾਉਣਾ, ਇਹ ਸਿਰਫ ਨਾਕਾਬਲੇ ਬਰਦਾਸ਼ਤ ਨਹੀਂ ਬਲਕਿ ਕਾਬਲੇ ਮੁਜ਼ੱਬਰ ਵੀ। ਠੀਕ ਹੈ, ਖਤਮੇ ਨਬੂਵਤ ਦਾ ਕੰਮ ਕੌਣ ਹੋ? ਪਾਕਿਸਤਾਨੀ ਗੌਰਮੈਂਟ ਕੋਈ ਨਹੀਂ ਰੋਕਦੀ, ਕੋਈ ਇਦਾਰਾ ਨਹੀਂ ਰੋਕਦਾ, ਕਰੋ ਖਤਮੇ ਨਬੂਵਤ ਦਾ ਕੰਮ। ਲੇਕਿਨ ਖਤਮੇ ਨਬੂਵਤ ਦੇ ਨਾਮ ਤੇ ਲੋਕਾਂ ਦੇ ਜਜ਼ਬਾਤ ਨਾਲ ਖੇਡਣਾ, ਖਤਮੇ ਨਬੂਵਤ ਦੀ ਗੱਲ ਕਰੋ। ਕਿਹੜਾ ਉਹ ਮੁਸਲਮਾਨ ਹੈ ਜਿਹਨੇ ਮੇਰੇ ਨਬੀ ਦੀ ਖਤਮੇ ਨਬੂਵਤ ਤੇ ਇਮਾਨ ਕੀਤਾ? ਮੁਸਲਮਾਨ ਤੇ ਹੈ ਹੀ ਉਹ ਜਿਹੜਾ ਹਜ਼ੂਰ ਦੀ ਖਤਮੇ ਨਬੂਵਤ ਤੇ ਇਮਾਨ ਰੱਖਦਾ ਹੈ। ਲਓ ਜ਼ਰਾ ਸੁਭਾਨ ਅੱਲਾਹ ਕਹੋ, ਮੈਂ ਗੱਲ ਪੂਰੀ ਕਰ ਲਵਾਂ। ਸੁਭਾਨ ਅੱਲਾਹ, ਬੁਲੰਦ ਆਵਾਜ਼ ਨਾਲ ਸੁਭਾਨ ਅੱਲਾਹ। ਸ਼ਫਾਤ ਸਰਵਰੇ ਆਲਮ
ਕਹਿੰਦਾ ਜਾ ਮੈਂ ਮੰਨਦਾ ਜਾਵਾਂਗਾ ਇਹਨੂੰ ਮੈਂ ਇੰਜ ਕਹਿ ਲਵਾਂ ਤੇ
ਚਾਹੀਦਾ ਹੈ
ਮੇਰੇ ਆਕਾ ਨੇ ਫਰਮਾਇਆ ਆਓ ਲਿਆਓ